ਸਾਡੇ ਪੰਜਾਬੀਆਂ ਦਾ ਇਹ ਸੁਭਾਅ ਆ ਕਿ ਜਦੋਂ ਕੋਈ ਮੁਸੀਬਤ ਆਉਂਦੀ ਅਸੀਂ ਕਹਿੰਦੇ ਕੀ ਹੋਇਆ, ਕੀ ਹੋ ਜਾਊਗਾ, ਕੁਛ ਨਹੀਂ ਹੁੰਦਾ। ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਕੁਛ ਵੀ ਨਾ ਹੋਵੇ, ਪਰ ਸਾਨੂੰ ਵੀ ਸੀਰੀਅਸ ਹੋਣ ਦੀ ਲੋੜ ਹੈ। ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਡਾਕਟਰ ਸਾਹਿਬਾਨ ਅਤੇ ਸਰਕਾਰਾਂ ਜਿਹੜੇ ਸੁਝਾਅ ਦਿੰਦੀਆਂ ਨੇ ਉਹਨਾਂ ਨੂੰ ਹੂਬ ਹੂ ਉਹਨਾਂ 'ਤੇ ਅਮਲ ਕਰੀਏ, ਜਿਵੇਂ ਕਿ ਹੱਥ ਨਹੀਂ ਮਿਲਾਉਣਾ, ਹੱਥ ਧੋਂਦੇ ਰਹਿਣਾ, ਮੂੰਹ ਨੂੰ ਹੱਥ ਨਹੀਂ ਲਾਉਣਾ, 2 ਮੀਟਰ ਦਾ ਫਾਸਲਾ ਰੱਖਣਾ ਅਤੇ ਘਰ ਰਹਿਣਾ। ਖਾਸ ਤੌਰ 'ਤੇ ਮੇਰੀ ਪਿੰਡਾਂ 'ਚ ਰਹਿਣ ਵਾਲਿਆਂ ਨੂੰ ਬੇਨਤੀ ਹੈ ਕਿ ਸੱਥਾਂ 'ਚ ਅਤੇ ਮੋੜਾਂ 'ਤੇ ਖੜ੍ਹਨਾ ਹੁਣ ਬੰਦ ਕਰ ਦਈਏ। ਵਿਦੇਸ਼ਾਂ 'ਚ ਰਹਿੰਦੇ ਜਿਹੜੇ ਪੰਜਾਬੀ ਅਸੀਂ ਹਾਊਸ ਪਾਰਟੀਆਂ ਕਰਨੀਆਂ ਬੰਦ ਕਰੀਏ, ਬੱਚਿਆਂ ਨੂੰ ਬਾਹਰ ਨਾ ਖੇਡਣ ਜਾਣ ਦਈਏ, ਅਤੇ ਬਜ਼ੁਰਗਾਂ ਨੂੰ ਬੇਨਤੀ ਕਰੀਏ ਕਿ ਤਾਸ਼ ਥੋੜ੍ਹੇ ਦਿਨ ਅਟਕ ਕੇ ਖੇਡ ਲਿਓ, ਪਰਿਵਾਰ 'ਚ ਬੈਠੋ ਅਤੇ ਪਰਮਾਤਮਾ ਅੱਗੇ ਅਰਦਾਸ ਕਰੋ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਧੰਨਵਾਦ।